फूड सेफ्टी टीम आए हैं ते नाल मेरे साडे मनीष सोडी जी फूड सेफ्टी अफसर ते मेरे विवेक कुमार फूड सेफ्टी अफसर होर फूड टीम दे मैंबर है। सो अज साडे इत्थे कुछ ग्रीवेंसेस सीगे कंप्लेंट सीगियां जिन्हों जिहदा निवारण करन वास्ते आए हैं। शिकायतां सी जिदा वो भटूरे छोले सी दिल्ली वाले जहान उहदा मेन रोड तो सैंपलिंग कीती है ते उस तो बाद असी जिहड़ा आ किरियाना शॉप्स ते कीती आ आ तलवाड़ा जिहड़ी नर्सरी ग्राउंड है उधर जिहड़ा हंगरी हॉप उत्थों भी कीती है। सो जिहड़ियां कंप्लेंट्स है उहदे तहत सैंपलिंग करन आए अज भई कुछ भी सानू शिकायत सी कि जिहड़ी कुछ जगह ते मिलावट खोरी हुंदी है ते असी खा के साडी सेहत खराब हुंदी लोकां दी ते लोकां दी जान नूं खतरा है। उस तहत ही अज इत्थे आए आ सैंपलिंग कीती आ 7 सैंपल ले आ एनफोर्समेंट वाले 27 सैंपल जिहड़े आ उहदे सवेरे फूड एंड ड्रग लैब खरड़ नूं चले जाणे आ अर्ली ते उत्थों 15-20 दिन दे विच रिपोर्ट आ जाएगी। रिपोर्ट्स दा जिहड़ा रिजल्ट है उह जां तां पास अप टू मार्क आऊगा पूरा जिहड़ा जो अप टू मार्क है जिहड़ा प्रेस्क्राइब्ड जो स्पेसिफिकेशन है उहदे मुताबिक आ तां फिर तां उह पास है जां आजूगा सब स्टैंडर्ड आ जाएगा जां आजेगा अनसेफ। सो जे तां पास आया तां कोई कार्रवाई नहीं करनी ते जे सब स्टैंडर्ड जां अनसेफ आया तां लीगल कार्रवाई करांगे। सब स्टैंडर्ड आया तां ADC दे कंप्लेंट लॉन्च होनी आ पेनल्टी पैनी आ ते 5 लाख तक पेनल्टी पै सकदी आ ते जिहड़ा दूजा हैगा आ भई जे अनसेफ आया फिर CJM दे कोर्ट च केस लगेगा उच्च सजा भी हो सकदी जुर्माना। सर ये चिकन शॉप्स हैगियां जिहड़ी शाम नूं इवनिंग दे विच जिहड़ी कार्ड लगदियां फूड कार्ड लगदे अक्सर उहनां दी काफी कंप्लेन हैगियां ਜਿਹੜਾ ਚਿਕਨ ਪ੍ਰੋਵਾਈਡ ਕਰਵਾਉਂਦੇ ਨੇ ਆਪਣੇ ਕਸਟਮਰ ਨੂੰ ਉਹ 3-3 ਦਿਨ ਪੁਰਾਣਾ ਹੁੰਦਾ ਤੇ ਉਹਦੇ ਸੰਬੰਧ ਵਿੱਚ ਆਉਣ ਦੇ ਸਮੇਂ ਚ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਏਗੀ ਉਹਨਾਂ ਤੇ? ਦੇਖੋ ਪੂਰਾ ਜ਼ਿਲ੍ਹਾ ਸਾਡੇ ਕੋਲ ਹੈ ਤੇ ਹੁਣ ਵੈਸੇ ਵੀ ਕਮਿਸ਼ਨਰ ਫੂਡ ਜਿਹੜੇ ਸ਼੍ਰੀ ਅਭਿਨਵ ਤ੍ਰਿਖਾ ਜੀ ਵੱਲੋਂ IAS ਜਿਹੜੇ ਉਹਨਾਂ ਵੱਲੋਂ ਸਪੈਸ਼ਲ ਡਰਾਈਵ ਚਲਾਈ ਜਾਂਦੀ ਹੈ ਜਿੱਦਾਂ ਅਸੀਂ ਸਪਾਈਸਿਸ ਤੇ 15 ਦਿਨ ਚ ਸੈਂਪਲ ਲੈਣੇ 5 ਟਾਰਗੇਟ ਹਰ ਇੱਕ ਈਚ ਫੂਡ ਸੇਫਟੀ ਅਫਸਰ ਦਾ ਤਾਂ ਜਾਂ ਮਸਟਰਡ ਆਇਲ ਦਾ ਤੇ ਉਹਦੇ ਤਹਿਤ ਜਿੱਦਾਂ ਜਿੱਦਾਂ ਸਾਨੂੰ ਡਾਇਰੈਕਸ਼ਨਸ ਮਿਲਣਗੀਆਂ ਤਾਂ ਕਾਰਵਾਈ ਕਰਾਂਗੇ। ਜਿੱਦਾਂ ਹੁਣ ਤੁਸੀਂ ਜਾਂ ਸਾਡੇ ਪਬਲਿਕ ਜਾਂ ਸਾਡੇ ਨੋਟਿਸ ਚ ਲਿਆਵੇ ਤਾਂ ਫਿਰ ਵੀ ਆਪਾਂ ਕਾਰਵਾਈ ਕਰਦੇ ਹਾਂ ਜਿੱਦਾਂ ਜਿੱਦਾਂ ਸਾਨੂੰ ਆਏਗਾ। ਵੈਸੇ ਰੈਂਡਮਲੀ ਚੈਕਿੰਗ ਤਾਂ ਹੁੰਦੀ ਰਹਿੰਦੀ ਆ ਪਰ ਕਈ ਵਾਰੀ ਫੋਕਸਡ ਅਪਰੋਚ ਹੁੰਦੀ ਵੀ ਆ ਇਹਦੀ ਸੈਂਪਲਿੰਗ ਕਰਨੀ ਆ ਸੋ ਉਹਦੀ ਸੈਂਪਲਿੰਗ ਕਰਾਂਗੇ। ਮੋਰ ਓਵਰ ਹੁਣ ਆਉਂਦੇ ਸਮੇਂ ਚ ਇੱਕ ਜਿਹੜਾ ਪਿੱਛੇ ਜਿਹੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਗਵਰਨਮੈਂਟ ਜਿਹੜੀ ਆ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਜਿਹੜੀ ਆ ਉਹ ਹੁਣ ਬਹੁਤ ਜਲਦੀ ਜਿਹੜੀ ਮਾਈਕਰੋ ਟੈਸਟਿੰਗ ਵੱਲ ਜਾ ਰਹੀ ਆ ਹੁਣ ਅਸੀਂ ਫਾਰਮੇਲਿਨ ਪ੍ਰਿਜ਼ਰਵੇਟਿਵ ਐਡ ਕਰਦੇ ਆ ਕਿਸੇ ਸੈਂਪਲ ਜਾਂ ਜਿਹੜੀ ਪੈਰੀਸ਼ੇਬਲ ਚੀਜ਼ਾਂ ਫਿਰ ਉਹ ਚ ਫਾਰਮੇਲਿਨ ਨਹੀਂ ਐਡ ਹੋਣੀ ਕਰਨੀ ਫਿਰ ਉਹ ਟੈਂਪਰੇਚਰ ਘੱਟ ਟੈਂਪਰੇਚਰ ਤੇ ਮੇਨਟੇਨ ਉਹਨੂੰ ਪ੍ਰਿਜ਼ਰਵ ਕਰਾਂਗੇ ਫਿਰ ਮਾਈਕਰੋ ਟੈਸਟਿੰਗ ਹੋ ਕਰੂਗੀ ਕੋਈ ਬੈਕਟੀਰੀਅਲ ਵੀ ਕੋਈ ਪੁਰਾਣਾ ਵੀ ਹਰ ਚੀਜ਼ ਜਿਹੜੀ ਉਹਦੇ ਚ ਰਿਜ਼ਲਟ ਆਊ ਕਰੂਗਾ ਮਾਈਕਰੋ ਟੈਸਟਿੰਗ ਨਾਲ ਉਹ ਵੀ ਜਲਦ ਜਿਹੜਾ ਫੂਡ ਐਂਡ ਡਰੱਗ ਲੈਬ ਖਰੜ ਤੋਂ ਸ਼ੁਰੂ ਕੀਤਾ ਜਾ ਰਿਹਾ। ਸੋ ਪਰ ਜਿਹੜੀ ਮੈਂ ਇੱਕ ਖਾਸ ਜਿਹੜੀ ਗੱਲ ਕਰਨੀ ਚਾਹੁੰਦਾ ਇੱਥੇ ਤਲਵਾੜੇ ਚ ਆਇਆ ਮੈਂ ਇੱਥੇ ਵੀ ਹੁਣ ਖੜਾ ਆ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਆ ਭਈ ਲਾਇਸੈਂਸ ਇਹਨਾਂ ਕੋਲ ਵੀ ਨਹੀਂ ਔਰ ਇਹ ਵੀ ਮੇਰਾ ਖਿਆਲ 5-10 ਸਾਲ ਤੋਂ ਕਰਦੇ ਆ ਬਣ ਗਿਆ ਬਣ ਗਿਆ ਲਾਇਸੈਂਸ ਹੈਗਾ ਇਹਨਾਂ ਦਾ ਹੈਗਾ ਮੰਗਵਾ ਲਓ ਫਿਰ ਮੈਨੂੰ ਤੇ ਮੈਂ ਜਿੱਥੇ ਪਹਿਲਾਂ ਸ਼ਾਪ ਤੇ ਗਿਆ ਉਹਨਾਂ ਕੋਲ ਬਹੁਤ ਵੱਡੀ ਸ਼ਾਪ ਆ ਕਮ ਸੇ ਕਮ 2011 ਤੋਂ ਕਰ ਰਹੇ ਆ ਬਹੁਤ ਵੱਡੀ ਸ਼ਾਪ ਆ ਉਹ ਕੋਈ ਛੋਟੀ ਨਹੀਂ ਹੈ ਪਰ ਲਾਇਸੈਂਸ ਨਹੀਂ ਬਣਾਇਆ। ਬਾਰ ਬਾਰ ਇੱਕ ਗੱਲ ਕਹੀ ਜਾ ਰਹੀ ਆ ਭਈ ਜਿਹੜੀ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਉਨਾ ਹੀ ਜ਼ਰੂਰੀ ਹੈ ਉਨਾ ਹੀ ਇੰਪੋਰਟੈਂਟ ਆ ਜਿੰਨਾ ਕੋਈ ਦਵਾਈ ਨਹੀਂ ਵੇਚ ਸਕਦਾ ਉਹ ਕੈਮਿਸਟ ਡਰੱਗਿਸਟ ਦਾ ਲਾਇਸੈਂਸ ਜਿੰਨਾ ਲੈਣਾ ਉਹਦੇ ਲਈ ਜ਼ਰੂਰੀ ਹੈ। ਫੂਡ ਵੀ ਕੋਈ ਚੀਜ਼ ਖਾਣ ਵਾਲੀ ਔਰ ਜਿਹੜੀ ਚੀਜ਼ ਫਾਰ ਸੇਲ ਹੈ ਤੇ ਫਾਰ ਹਿਊਮਨ ਕੰਜ਼ੰਪਸ਼ਨ ਹੈ ਦੋ ਚੀਜ਼ਾਂ ਜਦੋਂ ਸ਼ਰਤਾਂ ਉਹਦੀਆਂ ਪੂਰੀਆਂ ਕਰਦਾ ਤਾਂ ਸਾਡੇ ਐਕਟ ਦੇ ਅਧੀਨ ਆਉਂਦਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੇ ਅੰਡਰ ਹੁੰਦਾ ਕਵਰ ਹੁੰਦਾ ਤੇ ਉਹਦੇ ਤਹਿਤ ਹੀ ਫਿਕਵਨ ਦੀ ਕਾਰਵਾਈ ਕਰਾਂਗੇ। ਸੋ ਅੱਜ ਇੱਥੇ ਮੈਂ ਕਹਿੰਦਾ ਇਹ ਅਸੀਂ ਬਹੁਤ ਜਲਦ ਸਾਨੂੰ ਇਹਨਾਂ ਨੇ ਭਰੋਸਾ ਦਵਾਇਆ ਵੀ ਜਲਦੀ ਅਸੀਂ ਕੈਂਪ ਰੱਖਾਂਗੇ ਲੋਕਾਂ ਸਾਰਿਆਂ ਨੂੰ ਬੁਲਾਵਾਂਗੇ ਇੱਥੇ ਹੀ ਅਸੀਂ ਸਾਰਿਆਂ ਦੇ ਡਾਕੂਮੈਂਟ ਲੈ ਕੇ ਅਪਲਾਈ ਕਰਕੇ ਤੇ ਇੱਥੇ ਹੀ ਲਾਇਸੈਂਸ ਰਜਿਸਟ੍ਰੇਸ਼ਨ ਸਰ ਜਾਗਰੂਕਤਾ ਵੀ ਲੋੜ ਹੈ ਕਿਉਂਕਿ ਨਵੇਂ ਜਿਹੜੇ ਵਿਅਕਤੀ ਜਿਹੜੇ ਆਪਣਾ ਬਿਜ਼ਨਸ ਸਟਾਰਟ ਕਰਦੇ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਕਿ ਫੂਡ ਲਾਇਸੈਂਸ ਵੀ ਹੁੰਦਾ ਇਹਦੇ ਵਾਸਤੇ ਕੋਈ ਉਪਰਾਲਾ ਕਰਨ ਦੀ ਲੋੜ ਹੈ ਭਾਗ। ਦੇਖੋ ਜਿਹੜਾ ਨਾ ਜ਼ਿਆਦਾ ਸੋਚਣ ਦੀ ਲੋੜ ਹੈ ਪਈ ਜਿਹੜੇ ਬਹੁਤ ਜਿਹੜੇ ਜਿਨ੍ਹਾਂ ਨੂੰ ਲੱਗਦਾ ਵੀ ਪਤਾ ਨਹੀਂ ਲੈਕ ਆਫ ਅਵੇਅਰਨੈਸ ਆ ਇਹ ਬਹੁਤ ਘੱਟ ਵਰਗ ਹੈ ਜੀ ਮੈਨੂੰ ਮੇਰਾ ਪ੍ਰੈਕਟੀਕਲ ਤਜਰਬਾ ਮੈਨੂੰ ਲੱਗਦਾ ਢੀਠ ਬਹੁਤ ਆ ਲੋਕ ਜੀ ਉਹ ਫੂਡ ਦੇ ਕੰਮ ਨੂੰ ਨਾ ਬਹੁਤ ਸੀਰੀਅਸਲੀ ਨਹੀਂ ਲੈਂਦੇ ਜਿੱਦਾਂ ਮੈਡੀਸਨ ਜਾਂ ਉਹਦੇ ਚ ਲੈਂਦੇ ਮੈਂ ਕਹਿੰਦਾ ਇਹਦੇ ਇਹਨੂੰ ਵੀ ਸਰਕਾਰ ਹੁਣ ਨਹੀਂ ਇਦਾਂ ਸਪੇਅਰ ਸਰਕਾਰ ਨੇ ਕਰਨਾ ਹੁਣ ਇਹ ਲਾਈਟਲੀ ਨਹੀਂ ਲਿਆ ਜਾਣਾ ਹੁਣ ਜਿੰਨਾ ਉਹ ਲਾਇਸੈਂਸ ਜ਼ਰੂਰੀ ਆ ਉਨਾ ਇਹਨਾਂ ਨੂੰ ਵੀ ਬਣਾਉਣਾ ਔਰ ਇਹਦੇ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਔਰ ਦੁਕਾਨਾਂ ਸੀਲ ਹੋਣਗੀਆਂ ਚਾਹੇ ਕੋਈ ਫੂਡ ਦਾ ਕੰਮ ਕਰਦਾ ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੋ ਮੈਸੇਜ ਇਹ ਦੇਣਾ ਚਾਹੁੰਦਾ ਭਈ ਜੇ ਤੁਸੀਂ ਇਹ ਕਹੋ ਵੀ DHO ਕੱਲਾ ਜਾਂ ਮੇਰੀ ਫੂਡ ਸੇਫਟੀ ਅਫਸਰ ਫੂਡ ਟੀਮ ਕੱਲੀ ਕੋਈ ਪਿਓਰ ਫੂਡ ਜਾਂ ਸ਼ੁੱਧ ਫੂਡ ਕਰਾ ਦੇ ਜ਼ਿਲ੍ਹਾ ਵੱਡਾ ਆ ਵੱਡੇ ਕੰਮ ਹੈ ਤੁਸੀਂ ਵੀ ਅਵੇਅਰ ਹੋਵੋ
ਤੁਹਾਨੂੰ ਚਾਹੀਦਾ ਵੀ ਜਿੱਥੇ ਸਵੀਟ ਸ਼ਾਪ ਤੇ ਜਾਂਦੇ ਹੋ ਤਾਂ ਤੁਸੀਂ ਜਿੱਦਾਂ ਕਹਿੰਦੇ ਨਾ ਜਾਗੋ ਗ੍ਰਾਹਕ ਜਾਗੋ ਲੋਕੀ ਜਾਗਣ ਲੋਕੀ ਮੈਨੂੰ ਲੱਗਦਾ ਵੀ ਜੇ ਕਿਸੇ ਮਠਿਆਈ ਦੀ ਦੁਕਾਨ ਤੇ ਉਹਨਾਂ ਨੂੰ ਲੱਗਦਾ ਵੀ ਇਹਨੇ ਲਿਖਿਆ ਹੀ ਨਹੀਂ ਬੈਸਟ ਬਿਫੋਰ ਕਿੰਨੀ ਆ ਇਹ ਚੀਜ਼ ਕਿੰਨੇ ਚਿਰ ਚ ਖਾਧੀ ਜਾ ਸਕਦੀ ਆ ਜਾਂ ਟੂ ਬੀ ਕੰਜ਼ਿਊਮਡ ਸੇਮ ਡੇ ਔਨ ਦਾ ਸੇਮ ਡੇ ਜੇ ਇੱਦਾਂ ਨਹੀਂ ਉਹ ਲਾਗੂ ਕਰਦਾ ਤੇ ਲੋਕੀ ਉਹਨੂੰ ਪੁੱਛਣ ਸਵਾਲ ਖੜਾ ਕਰਨ ਸਾਨੂੰ ਬਾਅਦ ਚ ਪਹਿਲਾਂ ਆਪ ਮੈਨੂੰ ਲੱਗਦਾ ਵੀ ਜਦੋਂ ਗ੍ਰਾਹਕ ਹੀ ਪ੍ਰਵਾਨ ਕਰਨੋਂ ਹਟ ਜਾਏਗਾ ਜਦੋਂ ਗ੍ਰਾਹਕ ਹੀ 125 ਕਿਲੋ ਬੜਾ ਪਨੀਰ ਲੈਣੋਂ ਹਟ ਜਾਏਗਾ ਸਾਨੂੰ ਚੰਗੀ ਤਰ੍ਹਾਂ ਪਤਾ ਯਾਰ 5 ਕਿਲੋ ਦੁੱਧ ਸ਼ੁੱਧ ਦੁੱਧ ਚ ਪਨੀਰ ਕਿਲੋ ਮਸਾਂ ਬਣਦਾ ਤੇ ਦੁੱਧ ਜਿਹੜਾ ਸ਼ੁੱਧ ਆ 50-60 ਰੁਪਏ ਕਿਲੋ ਆਉਂਦਾ ਲੀਟਰ ਆਉਂਦਾ ਤੇ ਸਹਿਜ ਵਿੱਚ ਹੀ 250-300 ਰੁਪਏ ਤੋਂ ਲੀਟਰ ਘੱਟ ਪੈਣਾ ਹੀ ਨਹੀਂ ਪਨੀਰ ਕਿਲੋ ਤੇ ਤੁਸੀਂ ਜਦੋਂ ਕਹੋਗੇ 125 ਰੁਪਏ ਕਿਲੋ ਵਾਲਾ ਪਨੀਰ ਦਓ ਤਾਂ ਤੁਹਾਨੂੰ ਕਿੱਦਾਂ ਦਾ ਪਨੀਰ ਦਊਗਾ ਯਾਰ ਕਿੱਦਾਂ ਦੇ ਦੁੱਧ ਦਾ ਦਊਗਾ ਥੋੜਾ ਜਿਹਾ ਗ੍ਰਾਹਕ ਨੂੰ ਵੀ ਚਾਹੀਦਾ ਜੇ ਪਨੀਰ ਖਾਣ ਨੂੰ ਦਿਲ ਕਰਦਾ ਨਾ ਘੱਟ ਖਾ ਲਓ ਪਰ ਪੰਜਾਬੀਆਂ ਦੀ ਤਾਂ ਕਹਾਵਤ ਆ 2 ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਤੇ ਜੇ ਪਨੀਰ ਖਾਣਾ ਹੀ ਆ ਨਾ ਤਾਂ ਸ਼ੁੱਧ ਖਾਓ ਕਮ ਸੇ ਕਮ ਜਿਹੜਾ ਪੈਸੇ ਅਦਾ ਕਰੋ ਹਾਂ ਨਾਲ ਦੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਮੇਰੀ ਦੋ ਧਾਰੀ ਜਿਹੜੀ ਆ ਅਪਰੋਚ ਹੈ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਲੋਕਾਂ ਨੂੰ ਵੀ ਦੋਨੇ ਅਵੇਅਰ ਹੋਣ ਦੋਨੇ ਜਿੱਦਾਂ ਹੁਣ ਇਹ ਵਿਕਰੇਤਾ ਹੈ ਜਾਂ ਕੋਈ ਮਠਿਆਈ ਵਾਲਾ ਜਦੋਂ ਇਹ ਖਰੀਦ ਇਹ ਤਾਂ ਹੈ ਨਹੀਂ ਵੀ ਹਰ ਟਾਈਮ 24 ਘੰਟੇ ਵਿਕਰੇਤਾ ਹੀ ਆ ਬਹੁਤ ਸਮਾਂ ਇਹ ਖਰੀਦਦਾਰ ਵੀ ਤਾਂ ਹੈਗੇ ਨਾ ਜਦੋਂ ਇਹ ਖਰੀਦਦਾਰ ਹੁੰਦੇ ਆ ਕੋਈ ਚਿਕਨ ਸ਼ੋਪ ਜਾਂ ਕਿਤੇ ਵੀ ਜਾਣਾ ਇਹਨਾਂ ਨੇ ਤਾਂ ਇਹਨਾਂ ਨੇ ਕਹਿਣਾ ਵੀ ਯਾਰ ਇਹ ਅਪ ਟੂ ਮਾਰਕ ਹੋਣਾ ਚਾਹੀਦਾ ਆਹ ਹੋਣਾ ਚਾਹੀਦਾ ਚੀਜ਼ਾਂ ਸੇਫ ਹੋਣੀਆਂ ਚਾਹੀਦੀਆਂ ਖਾਣ ਦੇ ਹਾਈਜੀਨ ਦਾ ਖਿਆਲ ਰੱਖਿਆ ਜਾਏ ਤੇ ਜਦੋਂ ਇਹ ਵਿਕਰੇਤਾ ਹੁੰਦੇ ਤਾਂ ਇਹ ਦੋਹਰੇ ਮਾਪਦੰਡ ਨਹੀਂ ਚੱਲਣੇ ਜਦੋਂ ਵਿਕਰੇਤਾ ਤਾਂ ਉਦਾਂ ਹੀ ਸੀਰੀਅਸ ਉਦੋਂ ਵੀ ਹੋਣਾ ਪੈਣਾ ਜੀ ਥੈਂਕ ਯੂ ਸ਼ੁਕਰੀਆ